ਸਤਿ ਸ਼੍ਰੀ ਅਕਾਲ ਜੀ ਤੁਹਾਡੀ ਰਾਣੀ ਮਹਾਲ ਦੁਆਰ ਤੋਂ ਨਾ ਰੂਬਰੂ ਹੋਣ ਲੱਗੀ ਹਾਂ ਜਿਹੜੇ ਆਪਾਂ ਨੇ ਪਹਿਲੇ ਟੋਪਿਕ ਕੀਤਾ ਸੀ ਜੈਂਡਰ ਡਿਸਕ੍ਰਿਮੀਨੇਸ਼ਨ ਜੈਂਡਰ ਡਿਫਰੈਂਸਿਸ ਉਸ ਨੂੰ ਮੈਂ ਕੰਟੀਨਿਊਸ ਦੁਆਰਾ ਨੰਬਰ 2 ਉੱਤੇ ਕਰ ਰਹੀ ਹਾਂ ਇਸ ਦੇ ਵਿੱਚ ਆਪਾਂ ਛੱਡਿਆ ਸੀ ਕਿ ਕਿੱਥੇ ਅਸੀਂ ਇੱਕ ਬੇਟੇ ਅਤੇ ਬੇਟੀ ਦੇ ਡਿਫਰੈਂਸ ਦੇ ਵਿੱਚ ਪੈ ਜਾਂਦੇ ਹਾਂ ਜਾਂ ਉਹਨਾਂ ਨੂੰ ਅਸੀਂ ਇਕੁਅਲੀ ਟ੍ਰੀਟ ਨਹੀਂ ਕਰਦੇ ਉਹਦੇ ਵਿੱਚ ਕਿੰਨੀ ਵਾਰੀ ਅਸੀਂ ਘਰਾਂ ਤੋਂ ਹੀ ਸ਼ੁਰੂ ਕਰਦੇ ਹਾਂ ਆਪਣੇ ਛੋਟੇ ਬੱਚਿਆਂ ਤੋਂ ਹੁੰਦਿਆਂ ਤੋਂ ਸ਼ੁਰੂ ਕਰਦੇ ਹਾਂ ਜਿਵੇਂ ਛੋਟੇ ਜਿਹੀ ਬੱਚੀ ਆ ਇੱਕ ਮੇਲ ਇੱਕ ਫੀਮੇਲ ਇੱਕ ਮੁੰਡਾ ਅਤੇ ਕੁੜੀ ਆ ਅਸੀਂ ਉਹਨਾਂ ਦੇ ਵਿੱਚੋਂ ਇਹ ਬੇਟੀ ਨੂੰ ਤਾਂ ਅਸੀਂ ਕਿਚਨ ਦਾ ਕੰਮ ਪੂਰਾ ਸਿਖਾਉਣਾ ਚਾਹੁੰਦੇ ਹਾਂ ਪਰ ਬੇਟੇ ਨੂੰ ਅਸੀਂ ਕਦੀ ਉਹਨੂੰ ਇਨਕਰੇਜ ਹੀ ਨਹੀਂ ਕੀਤਾ ਕਿ ਤੂੰ ਘਰ ਦਾ ਕੰਮ ਸਿੱਖਣਾ ਉੱਥੇ ਸਾਡਾ ਡਾਇਲੋਗ ਕੀ ਹੁੰਦਾ ਤੇਰੀ ਵਾਈਫ ਤੈਨੂੰ ਬਣਾ ਕੇ ਦੇਗੀ ਉਦੋਂ ਦੇਖਾਂਗੇ ਤੇਰੀ ਵਾਈਫ ਕੀ ਕਰੂਗੀ ਤੇਰੀ ਵਾਈਫ ਬਣਾਊਗੀ ਉਹਨੂੰ ਕਿੱਦਾਂ ਦਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਮਾਇੰਡ ਸੈੱਟ ਕਰ ਦਿੱਤਾ ਕਿ ਮੁੰਡੇ ਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਘਰ ਦੀ ਰਿਸਪੋਂਸੀਬਿਲਟੀ ਲੈਣ ਦੀ ਜ਼ਰੂਰਤ ਨਹੀਂ ਹੈ ਰਸੋਈ ਦੇ ਸਾਰੇ ਜ਼ਿੰਮੇਵਾਰੀ ਵਾਈਫ ਦੀ ਹੈ ਇੱਥੋਂ ਤੱਕ ਕਿ ਕਦੇ ਉਹਨੂੰ ਲਾਂਡਰੀ ਜਿਹਨੂੰ ਆਪਾਂ ਕਹਿੰਦੇ ਕੱਪੜੇ ਧੋਣਾ ਤੱਕ ਵੀ ਨਹੀਂ ਆਉਂਦਾ ਘਰ ਦੀ ਸਫਾਈ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਲੈ ਕੇ ਛੋਟੀ ਚੀਜ਼ ਤੋਂ ਲੈ ਕੇ ਉੱਪਰ ਤੱਕ ਜਿੰਨਾ ਘਰ ਦੇ ਹਾਊਸ ਹੋਲਡ ਇੱਕ ਬੰਦੇ ਦੀ ਇੱਕ ਇਨਸਾਨ ਦੀ ਜ਼ਰੂਰਤ ਹੁੰਦੀ ਆ ਉਹਦੀ ਜਿੰਨੀ ਵੀ ਰਿਸਪੋਂਸੀਬਿਲਟੀ ਹੁੰਦੀ ਆ ਅਸੀਂ ਕਿਤੇ ਨਾ ਕਿਤੇ ਆਪਣੀ ਫੀਮੇਲ ਚਾਹੇ ਉਹ ਮੇਲ ਮਦਰ ਹੈ ਚਾਹੇ ਉਹ ਡਾਟਰ ਹੈ ਚਾਹੇ ਉਹ ਡਾਟਰ ਇਨ ਲਾ ਅਸੀਂ ਉਹਦੀ ਰਿਸਪੋਂਸੀਬਿਲਟੀ ਨੂੰ ਮੰਨਦੇ ਆ ਰਹੇ ਹਾਂ ਕਿਉਂਕਿ ਕਿੱਥੋਂ ਸ਼ੁਰੂ ਹੋਇਆ ਕਿ ਕਿਸੇ ਟਾਈਮ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਵਿੱਚ ਸੀ ਕਿ ਉਸ ਟਾਈਮ ਦੇ ਵਿੱਚ ਬੰਦੇ ਸਾਡੇ ਬਾਹਰ ਕੰਮ ਕਰਦੇ ਸੀ ਲੇਡੀਜ਼ ਨਹੀਂ ਸੀ ਜਾਂਦੇ ਪਰ ਅਸੀਂ ਉਸ ਚੀਜ਼ ਨੂੰ ਅੱਗੇ ਤੋਰੀ ਜਾ ਰਹੇ ਹਾਂ ਪਰ ਜਦੋਂ ਉਸ ਟਾਈਮ ਸਾਡੇ ਬੇਟੀਆਂ ਬਾਹਰ ਕੰਮ ਨਹੀਂ ਸੀ ਕਰਦੀਆਂ ਪੜ੍ਹਦੀਆਂ ਨਹੀਂ ਸੀਗੀਆਂ ਪਰ ਅੱਜ ਦੇ ਟਾਈਮ ਦੇ ਵਿੱਚ ਸਾਡੇ ਬੱਚੇ ਬਾਹਰੋਂ ਜਿੱਥੇ ਬੇਟਾ ਗ੍ਰੈਜੂਏਟ ਹੋ ਗਿਆ ਉੱਥੇ ਡਾਟਰ ਵੀ ਤੁਹਾਡੀ ਗ੍ਰੈਜੂਏਟ ਹੋ ਕੇ ਆਈ ਆ ਜਿੱਥੇ ਤੁਹਾਡਾ ਬੇਟਾ ਬਾਹਰ ਪੜ੍ਹ ਰਿਹਾ ਉੱਥੇ ਬੇਟੀ ਵੀ ਪੜ੍ਹ ਰਹੀ ਆ ਜਿੱਥੇ ਤੁਹਾਡੀ ਬੇਟਾ ਕੰਮ ਕਰਕੇ ਹੈ ਤੁਹਾਡੀ ਡਾਟਰ ਨਾਲ ਵੀ ਕੰਮ ਕਰਕੇ ਹੈ ਚਾਹੇ ਜੋਬ ਡਿਊਟੀ ਦੀ ਹੈ ਚਾਹੇ ਉਹ ਬਿਜ਼ਨਸ ਕਰ ਰਹੇ ਨੇ ਬਿਜ਼ਨਸ 'ਚ ਵੀ ਇਕੁਅਲੀ ਅੱਜ ਫੀਮੇਲਸ ਇਕੁਅਲੀ ਖੜੀਆਂ ਹੋਈਆਂ ਨੇ ਜੇ ਇੱਕ ਬੰਦੇ ਦਾ ਬਿਜ਼ਨਸ ਆ ਜ਼ਰੂਰ ਸੈਕਟਰੀ ਦਾ ਜਾਂ ਘਰ ਅੰਦਰ ਕੰਮ ਕਰ ਰਹੀ ਹੈ ਜੋ ਡਾਕਟਰਸ ਨੇ ਤਾਂ ਵੀ ਉਹਦਾ ਇਕੁਅਲੀ ਕੰਮ ਕਰ ਰਹੀ ਹੈ ਜੇ ਘਰ ਦੇ ਵਿੱਚ ਵੀ ਦੋਨੋਂ ਜਣੇ ਹਾਊਸ ਹੋਲਡ ਨੇ ਤਾਂ ਵੀ ਘਰ 'ਚ ਸਾਰਾ ਕੰਮ ਉਹ ਕਰ ਰਹੀ ਹੈ ਜਦੋਂ ਇੱਕ ਹਸਬੈਂਡ ਵਾਈਫ ਸਵੇਰੇ ਘਰੋਂ ਬਾਹਰ ਜਾਂਦੇ ਨੇ ਤਾਂ ਉਹਨਾਂ ਦੀ ਇੱਕ ਡਿਊਟੀ ਦੇ ਵਿੱਚ ਇਕੁਅਲੀ ਡਿਊਟੀ ਹੋਣੀ ਚਾਹੀਦੀ ਹੈ ਉਹ ਫੀਮੇਲ ਵੀ ਜੋਬ ਕਰਨ ਜਾਂਦੇ ਆ ਪਰ ਉਹ ਆਪਣੇ ਆਪ ਦੇ ਨਾਲ ਕਿਚਨ ਦਾ ਕੰਮ ਕਰਕੇ ਆਪਣੇ ਕੱਪੜੇ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਰੈਡੀ ਕਰਕੇ ਸਕੂਲ ਤੱਕ ਦਾ ਕਰਕੇ ਅਤੇ ਫਿਰ ਨਾਲ ਹਸਬੈਂਡ ਦੇ ਕੱਪੜੇ ਵੀ ਤਿਆਰ ਕਰਦੀ ਹੈ ਉਹਦਾ ਖਾਣਾ ਵੀ ਤਿਆਰ ਕਰਕੇ ਟੇਬਲ 'ਤੇ ਲੈਂਦੇ ਜਾਣਾ ਦੋਨਾਂ ਨੇ ਸੇਮ ਟਾਈਮ ਹੈ ਚਾਹੇ ਕਿੰਨਿਆਂ ਨੇ ਲੱਗ ਜਾਣਾ ਪਰ ਜੋਬ ਤਾਂ ਦੋਨੋਂ ਕਰਦੇ ਆ ਉੱਥੇ ਸਾਡੇ 'ਚ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਅਸੀਂ ਆਪਣੇ ਨੂੰ ਆਪਣੇ ਆਪ ਡਿਸਕ੍ਰਿਮੀਨੇਟ ਕਰਦੇ ਹਾਂ ਉਹ ਕਿਉਂ ਕਰਦੇ ਹਾਂ ਕਿਉਂਕਿ ਜਦੋਂ ਸਾਡੇ ਬੱਚੇ ਜੰਮੇ ਪਲੇ ਛੋਟੇ ਹੁੰਦੇ ਆ ਅਸੀਂ ਆਪਣੇ ਬੱਚਿਆਂ ਦੇ ਮਨਾਂ ਦੇ ਵਿੱਚ ਇਕੁਅਲਿਟੀ ਨਹੀਂ ਪਾਈ ਜਿਹੜੀ ਮੇਰੀ ਜਨਰੇਸ਼ਨ ਆ ਉਹ ਜਰਾ ਅੰਦਰੋਂ ਸੋਚ ਕੇ ਦੇਖਿਓ ਕਿ ਸਾਡੇ ਪੇਰੈਂਟਸ ਨੇ ਸਾਨੂੰ ਕਿਵੇਂ ਪਾਲਿਆ ਜਿਵੇਂ ਕਿ ਮੈਂ ਹੋ ਸਕਦਾ ਮੇਰੇ ਵਰਗੀਆਂ ਲੱਕੀ ਬਹੁਤ ਘੱਟ ਕੁੜੀਆਂ ਹੋਣਗੀਆਂ ਜਿਨ੍ਹਾਂ ਨੂੰ ਇਕੁਅਲ ਭਰਾਵਾਂ ਦੇ ਬਰਾਬਰ ਦਰਜਾ ਮਿਲਿਆ ਹੋਵੇ ਪਰ ਫਿਰ ਵੀ ਕਿਤੇ ਨਾ ਕਿਤੇ ਚਾਹੁੰਦੇ ਅਣਚਾਹੁੰਦੇ ਸਮਾਜ ਦੇ ਅਸੀਂ ਵਿਕਟਮਾਈਜ਼ ਹੋਏ ਹਾਂ ਮੈਂ ਵੀ ਹੋਈ ਹਾਂ ਕਿ ਇਹ ਚੀਜ਼ਾਂ ਮੁੰਡੇ ਕਰਦੇ ਆ ਕੁੜੀਆਂ ਨਹੀਂ ਕਰਦੀਆਂ ਇਹ ਮੁੰਡਾ ਹੀ ਕਰੂਗਾ ਕੁੜੀ ਨਹੀਂ ਕਰੂਗੀ ਕੁੜੀ ਵਿਆਹ ਕੇ ਬਗਾਨੇ ਘਰ ਚਲੀ ਗਈ ਉਹਦਾ ਇਕੁਅਲ ਰਾਈਟ ਪੇਰੈਂਟਸ 'ਤੇ ਨਹੀਂ ਆ ਜਾਂ ਪੇਰੈਂਟਸ ਦਾ ਲਈ ਉਹ ਕੁੜੀ ਬਗਾਨੀ ਹੋ ਗਈ ਕਿਤੇ ਨਾ ਕਿਤੇ ਇਹ ਚੀਜ਼ਾਂ ਅਸੀਂ ਆਪਣੇ ਬੱਚਿਆਂ ਦੇ ਮਨ 'ਚ ਪਾ ਕੇ ਪਾਲਦੇ ਹਾਂ ਬੇਸ਼ੱਕ ਅੱਜ ਦੀ ਗੌਰਮੈਂਟ ਨੇ ਸਾਡੇ ਬੱਚਿਆਂ ਦੇ ਇਕੁਅਲ ਰਾਈਟ ਕਰਤੇ ਨੇ ਪੇਰੈਂਟਸ ਵੱਲੋਂ ਗੌਰਮੈਂਟ ਬੇਸ 'ਤੇ ਕੁੜੀ ਅਤੇ ਮੁੰਡੇ ਨੂੰ ਇਕੁਅਲ ਪ੍ਰੋਪਰਟੀ ਜਾਂਦੇ ਆ ਕੁੜੀ ਅਤੇ ਮੁੰਡੇ ਕੋਲ ਇਕੁਅਲ ਰਾਈਟ ਹੈ ਪੇਰੈਂਟ ਦੇ ਉੱਪਰ ਪਰ ਸਾਡੀ ਸੁਸਾਇਟੀ ਨੇ ਨਹੀਂ ਕੀਤੇ ਅਸੀਂ ਉਸ ਸੁਸਾਇਟੀ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਅਜੇ ਵੀ ਸਾਡੇ ਮਨਾਂ ਦੇ ਵਿੱਚ ਕੁੜੀ ਅਤੇ ਮੁੰਡੇ ਦਾ ਫਰਕ ਆ ਨੂੰਹ ਅਤੇ ਪੁੱਤਰ ਦਾ ਫਰਕ ਆ ਜਿਸ ਦਿਨ ਅਸੀਂ ਆਪਣੇ ਮਨ ਦੇ ਵਿੱਚੋਂ ਕੱਢ ਦੇਵਾਂਗੇ ਨਾ ਇਹ ਸਾਡੀ ਡਾਟਰ ਨਾਲ ਨਹੀਂ ਡਾਟਰ ਹੈ ਇਹ ਸਾਡੀ ਬੇਟੀ ਬੇਟੇ ਦੇ ਬਰਾਬਰ ਆ ਮੇਲ ਐਂਡ ਫੀਮੇਲ ਜੈਂਡਰ ਡਿਫਰੈਂਸ ਹੈਗਾ ਲੇਕਿਨ ਉਹਨੂੰ ਡਿਸਕ੍ਰਿਮੀਨੇਟ ਨਾ ਕਰੋ ਤੁਸੀਂ ਇਹ ਦੋ ਚੀਜ਼ਾਂ ਨੂੰ ਮਿਲਾਇਓ ਨਾ ਕਿੰਨੀ ਵਾਰੀ ਅਸੀਂ ਲੋਕ ਕੀ ਕਰਦੇ ਹਾਂ ਸਾਡੇ ਅੱਜ ਦੇ ਸੁਸਾਇਟੀ ਦੇ ਮੁੰਡੇ ਵੀ ਕੁੜੀਆਂ ਵੀ ਕੁੜੀਆਂ ਤਾਂ ਨਹੀਂ ਕਹਿ ਸਕਦੀ ਕੁੜੀਆਂ ਤਾਂ ਮੈਂ ਉਹਨਾਂ ਨੂੰ ਸਪੋਰਟ ਕਰਦੀ ਹਾਂ ਮੁੰਡੇ ਅਤੇ ਬਜ਼ੁਰਗਾਂ ਦੇ ਵਿੱਚ ਜੰਮੇ ਡੇਜ ਦੇ ਵਿੱਚ ਇਹ ਬਹੁਤ ਵੱਡਾ ਆਰਗੂਮੈਂਟ ਆ ਯਾਰ ਕੁੜੀਆਂ ਤਾਂ ਕੁੜੀਆਂ ਹੁੰਦੀਆਂ ਕੁੜੀਆਂ ਨੂੰ ਮੁੰਡੇ ਕਿਵੇਂ ਬਣਾ ਦਿਓਗੇ ਤੁਸੀਂ ਪੈਂਟਾਂ ਪਾ ਕੇ ਕੁੜੀਆਂ ਮੁੰਡੇ ਥੋੜ੍ਹੇ ਬਣ ਜਾਣਗੇ ਨਹੀਂ 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 ਪੈਂਟਾਂ ਪਾਉਣੀਆਂ ਮੁੰਡੇ ਬਣਾਉਣੇ ਅਲੱਗ ਚੀਜ਼ ਆ ਜਿਹੜਾ ਮੇਲ ਐਂਡ ਫੀਮੇਲ ਐਜ਼ ਏ ਬੋਡੀ ਡਿਫਰੈਂਸ ਨੇ ਉਹ ਹੈਗੇ ਨੇ ਮੇਰੀ ਦੋ ਰਾਏ ਉੱਥੇ ਜਦੋਂ ਅਸੀਂ ਉਹਨਾਂ ਨੂੰ ਇਕੁਅਲ ਰਾਈਟਸ ਨਹੀਂ ਦਿੰਦੇ ਇਕੁਅਲ ਰਾਈਟਸ ਦਾ ਮਤਲਬ
जे किचन दे विच काम कर रहे दोनों बेटा ते बेटी दोनों इक्वली करन, जे बेटे नूं काम सीखन दी जरूरत उत्थे बेटे नूं भी सीखन दी जरूरत है, जे उत्थे बेटी पढ़ रही है तो बेटे नूं भी है, तो बेटी ने डिग्री करनी तो बेटे ने भी करनी है। इन्हां चीज़ां तों मेरा भाव आ मेल एंड फीमेल नूं इक्वलिटी लई। जे तुसीं एज ए बॉडी दी कमा, अजकल मैं बड़ा यह देखा कि किन्ने साढ़े परसेंटेज लोग ने जिहड़े इस गल ते आर्गूमेंट करदे कि मैं मुंडे कुड़ियों नूं इक्वल कर दूंगा, मुंडा तो मुंडा, कुड़ी तो कुड़ी, उहदी लुक थोड़ा बदल दूंगा। मैं उस गल नहीं कर रही, अगे आगे बच्चों की प्रोग्रेस के उत्ते असी मुंडे ते कुड़ियां नूं एंड असी कुड़ियां च डिफरेंस क्यों करते हैं, असी क्यों कहने जमाना खराब आ कि तू बाहर नहीं जाना, जमाना खराब आ नेरे हो तू टाइम ते घर आ जाए, जमाना खराब आ तू आ कम नहीं करना, जमाना खराब आ तू कपड़े नहीं पाने। असी एज अ मदर एज अ फीमेल असी एक कमिटमेंट अपने आप नाल करिए कि असी अपने मुंडे कुड़ियां नूं इन्ने जी स्ट्रोंग बनाइए, इन्ने जी चंगी परवरिश करिए तां कि उस जमाने दे विच वो जमाना ही असी बनाइए, उस जमाने नूं असी बदल सकीए, उस जमाने दे विच साडे बच्चे एक फ्री वर्ड दे तरह नाल घूम सकन बिना सोचे कि मैं मुंडा जां मैं कुड़ी हां। जे एक माँ अपने मुंडे नूं ये नहीं दस सकती कि ये तेरी भैण आ, तेरे नाल वाले गुआंढियां दी रहण वाली कुड़ी भी तेरी भैण आ, हर एक कुड़ी तेरी भैण दी रिस्पैक्ट दी तरह इज्जत मनदी है जदों तक उस कुड़ी दी अपनी कोई कंसेंट नहीं है। किसी भी कुड़ी नूं तुसीं क्यों नहीं अपने मुंडिया नूं इस चीज़ दिमाग विच पाउंदे कि कुड़ियां एक तुरदी फिरदी तुहाडी वरतण वाली चीज़ नहीं हैगियां, ਉਹ ਵੀ ਉਹਨਾਂ ਦੇ ਵਿੱਚ ਵੀ ਜਾਨ ਆ, ਉਹਨਾਂ ਦੇ ਵਿੱਚ ਵੀ ਡਿਜ਼ਾਇਰ ਆ, ਉਹਨਾਂ ਦੀ ਵੀ ਆਪਣੀ ਕੰਸੈਂਟ ਆ, ਉਹਨਾਂ ਦੀ ਵੀ ਆਪਣੀ ਸ਼ੋਸ਼ਣ ਸੋਚਣ ਸ਼ਕਤੀ ਹੈ। ਸੇਮ ਟਾਈਮ 'ਤੇ ਅਸੀਂ ਆਪਣੀਆਂ ਕੁੜੀਆਂ ਨੂੰ ਇੰਨੀਆਂ ਸਟਰੋਂਗ ਕਿਉਂ ਨਹੀਂ ਬਣਾਉਂਦੇ ਕਿ ਤਾਂ ਕਿ ਉਸ ਬਾਹਰ ਜਦੋਂ ਦਰਿੰਦੇ ਸਮਾਜ ਦੇ ਵਿੱਚ ਬਾਹਰ ਨਿਕਲਦੀਆਂ ਨੇ ਉਹਨਾਂ ਨੂੰ ਅਸੀਂ ਇੰਨੀ ਕੈਪੇਬਿਲਿਟੀ ਕਿਉਂ ਨਹੀਂ ਦਿੰਦੇ ਕੰਪੈਰੇਟਿਵ ਮੁੰਡਿਆਂ ਦੇ ਕਿ ਉਹ ਬਾਹਰ ਜਾ ਕੇ ਆਪਣੇ ਆਪ ਦੇ ਵਿੱਚ ਸੈਲਫ ਪ੍ਰੋਟੈਕਟਿਵ ਹੋਣ। ਸਾਡੀਆਂ ਕੁੜੀਆਂ ਨੂੰ ਅੱਜ ਹਰ ਇੱਕ ਚੀਜ਼ ਦੇ ਵਿੱਚ ਨੰਬਰ 1 ਟ੍ਰੇਨਿੰਗ, ਐਜੂਕੇਸ਼ਨ, ਪਰਵਰਿਸ਼ ਐਂਡ ਲਿਵਿੰਗ ਲਾਈਫ ਹੋਣੀ ਚਾਹੀਦੀ ਹੈ। ਲਿਵਿੰਗ ਐਂਡ ਲਾਈਫ ਜਿਹੜੀ ਹੈ ਇਕੁਅਲੀ ਲਿਵਿੰਗ, ਇਕੁਅਲੀ ਲਿਵਿੰਗ, ਜਿਵੇਂ ਤੁਹਾਡਾ ਮੁੰਡਾ ਪਲ ਰਿਹਾ ਉਸ ਤਰ੍ਹਾਂ ਕੁੜੀ ਪਲ ਰਹੀ ਹੈ। ਜੇ ਤੁਹਾਡੇ ਮੁੰਡੇ ਨੂੰ ਬਦਾਮ ਅਤੇ ਦੁੱਧ ਮਿਲ ਰਿਹਾ ਤੁਹਾਡੀ ਕੁੜੀ ਨੂੰ ਵੀ ਮਿਲਣਾ ਚਾਹੀਦਾ, ਜੇ ਤੁਹਾਡੇ ਮੁੰਡੇ ਨੂੰ ਅੱਜ 10 ਜੋੜੇ ਸ਼ੂਦੇ ਚਾਹੀਦੇ ਤੁਹਾਡੀ ਕੁੜੀ ਨੂੰ ਵੀ ਮਿਲਣੇ ਚਾਹੀਦੇ, ਜੇ ਤੁਹਾਡਾ ਮੁੰਡਾ ਅੱਜ ਗਨ ਸ਼ੂਟਿੰਗ ਸਿੱਖ ਰਿਹਾ ਤਾਂ ਤੁਹਾਡੀ ਕੁੜੀ ਨੂੰ ਵੀ ਸਿੱਖਣੀ ਚਾਹੀਦੀ, ਜੇ ਅੱਜ ਤੁਹਾਡਾ ਮੁੰਡਾ ਵਾਰ ਜੂਡੋ ਕਰਾਟੇ ਜਾਂ ਕੋਈ ਗੇਮ ਸਿੱਖ ਰਿਹਾ ਹੁਣ ਤੁਹਾਡੀ ਕੁੜੀ ਨੂੰ ਵੀ ਸਿੱਖਣੀ ਚਾਹੀਦੀ। ਜਦੋਂ ਤੁਸੀਂ ਇਸ ਤਰ੍ਹਾਂ ਦੀ ਉਹਦੀ ਪਰਵਰਿਸ਼ ਕਰੋਗੇ ਨਾ, ਉਹੀ ਸਮਾਜ ਦੇ ਵਿੱਚ ਹਰ ਇੱਕ ਘਰ 'ਚੋਂ ਬੱਚੇ ਬਾਹਰ ਜਾਣਗੇ, ਉਹ ਇੱਕ ਮੁੰਡੇ ਕੁੜੀਆਂ ਵਿੱਚ ਰਹਿਣ ਦੇ ਕਾਬਲ ਹੋਣਗੇ। ਉਹ ਕਾਬਲੀਅਤ ਕਿੱਥੋਂ ਆਊਗੀ? ਕਿਉਂਕਿ ਉਹ ਇੱਕ ਘਰ ਦੇ ਵਿੱਚੋਂ ਬੱਚੇ ਨੇ ਸਿੱਖਣੀ ਆ, ਚਾਹੇ ਮੁੰਡਾ ਚਾਹੇ ਕੁੜੀ। ਜਦੋਂ ਇੱਕ ਮੁੰਡੇ ਨੇ ਦੇਖਿਆ ਮੇਰੀ ਭੈਣ ਇਕੁਅਲ ਟੂ ਮੀ ਹੈਗੀ ਆ, ਤਾਂ ਉਹ ਬਾਹਰ ਜਾ ਕੇ ਦੂਜੀ ਕਿਸੇ ਦੀ ਭੈਣ ਨੂੰ, ਕਿਸੇ ਦੀ ਧੀ ਨੂੰ ਡਿਫਰੈਂਸ ਆਈ ਨਾਲ ਨਹੀਂ ਦੇਖੂਗਾ। ਉਹਨੂੰ ਪਤਾ ਹੋਊਗਾ ਉਸ ਕੁੜੀ 'ਚ ਵੀ ਇੰਨੀ ਕਾਬਲੀਅਤ ਹੈਗੀ, ਜੇ ਮੈਂ ਕੋਈ ਗਲਤ ਕੰਮ ਕਰੂੰਗਾ ਤਾਂ ਮੇਰਾ ਮੂੰਹ ਤੋੜਿਆ ਜਾਏਗਾ, ਜਾਂ ਮੇਰੀ ਉਹ ਜਿਹੜੀ ਘਰ ਦੇ ਵਿੱਚ ਕੁੜੀ ਰਹਿ ਰਹੀ ਹੈ ਮੇਰੀ ਭੈਣ, ਇਹ ਕੁੜੀ ਵੀ ਉਹ ਮੇਰੀ ਭੈਣ ਵਰਗੀ ਹੈਗੀ ਆ। ਇਨਸਾਨੀਅਤ ਅਸੀਂ ਇੰਨੀ ਕੁੱਟ ਕੁੱਟ ਕੇ ਆਪਣੇ ਬੱਚਿਆਂ ਦੇ ਅੰਦਰ ਭਰ ਦਈਏ ਤਾਂ ਕਿ ਸਾਨੂੰ ਬਾਹਰ ਜਾਣ ਤੋਂ ਸਾਡੇ ਬੱਚਿਆਂ ਦਾ ਡਰ ਹੀ ਨਾ ਲੱਗੇ ਕਿ ਉਹ ਕੁੜੀ ਬਾਹਰ ਜਾ ਰਹੀ ਹੈ ਜਾਂ ਮੁੰਡਾ ਬਾਹਰ ਨਿਕਲਿਆ, ਲੇਟ ਆ ਰਿਹਾ ਜਾਂ ਕੀ ਕਰ ਰਹੇ ਨੇ। ਅਸੀਂ ਆਪਣੇ ਸਮਾਜ ਨੂੰ ਇੱਕ ਫ੍ਰੀ ਵਰਲਡ ਕਿਉਂ ਨਹੀਂ ਬਣਾ ਸਕਦੇ? ਕਿਉਂਕਿ ਅਸੀਂ ਕਿਤੇ ਨਾ ਕਿਤੇ ਆਪ ਤੰਗ ਦਿਲ ਹੈਗੇ ਹਾਂ, ਅਸੀਂ ਕਲੋਜ਼ ਮਾਈਂਡਡ ਹਾਂ। ਜੇ ਸਾਡੇ ਬੱਚਿਆਂ ਦੀ ਪ੍ਰੋਪਰ ਪਰਵਰਿਸ਼ ਹੋਊਗੀ, ਉਹਨਾਂ ਨੂੰ ਓਪਨ ਮਾਈਂਡ ਲਈ ਅਸੀਂ ਇਹ ਚੀਜ਼ਾਂ ਸਿਖਾਵਾਂਗੇ, ਕਿਸੇ ਬੇਗਾਨੀ ਧੀ ਨੂੰ ਉਸ ਨਜ਼ਰ ਨਾਲ ਦੇਖਣਾ ਜਿਹੋ ਜਿਹੀ ਤੇਰੀ ਭੈਣ ਦੀ ਇੱਜ਼ਤ ਹੈ, ਜਿਹੋ ਜਿਹੀ ਤੇਰੀ ਮਾਂ ਦੀ ਇੱਜ਼ਤ ਹੈ। ਇੱਜ਼ਤ ਇਨ ਦਾ ਸੈਂਸ ਇਹ ਨਹੀਂ ਕਿ ਜੀ ਹਜ਼ੂਰੀ ਕਰਨਾ ਜਾਂ ਉਹਦੀ ਬੋਡੀ ਲੈਂਗੁਏਜ ਨੂੰ। ਜੇ ਅੱਜ ਇੱਕ ਕੁੜੀ ਸਕਰਟ ਪਾ ਕੇ ਬਾਹਰ ਜਾਂਦੀ ਹੈ, ਤੁਸੀਂ ਸਾਰੇ ਉਹਦੀਆਂ ਲੈਗਸ ਨੂੰ ਦੇਖਦੇ ਹੋ, ਉਹਦੀਆਂ ਟੰਗਾਂ ਨੂੰ ਦੇਖਦੇ ਹੋ, ਤੁਸੀਂ ਉਹਦੀਆਂ ਲੱਤਾਂ ਵੱਲ ਧਿਆਨ ਜਾਂਦਾ, ਕਿਉਂ ਨਾ ਤੁਸੀਂ ਆਪਣੇ ਬੱਚਿਆਂ ਦੇ ਮਨ ਦੇ ਵਿੱਚ ਇਹ ਪਾਓ ਕਿ ਤੂੰ ਉਹਦੇ ਵਾਕਿੰਗ ਕੌਨਫੀਡੈਂਸ ਨੂੰ ਦੇਖਣਾ, ਤੂੰ ਉਹਨੂੰ ਇੱਕ ਭੈਣ ਦੀ ਤਰ੍ਹਾਂ ਦੇਖਣਾ, ਇੱਕ ਇੰਟੈਲੀਜੈਂਟ ਵੂਮਨ ਦੀ ਤਰ੍ਹਾਂ ਦੇਖਣਾ, ਉਹਨੂੰ ਇੱਕ ਇੰਟੈਲੀਜੈਂਟ ਕੁੜੀ ਦੀ ਤਰ੍ਹਾਂ ਦੇਖਣਾ, ਇੱਕ ਇੰਟੈਲੀਜੈਂਟ ਉਹ ਤੇਰੀ ਬੌਸ ਵੀ ਹੋ ਸਕਦੀ, ਤੇਰੀ ਭੈਣ ਵੀ ਹੋ ਸਕਦੀ ਹੈ, ਕੱਲ੍ਹ ਨੂੰ ਤੇਰੇ ਘਰ ਵਿਆਹ ਕੇ ਵੀ ਆ ਸਕਦੀ ਹੈ। ਜਦੋਂ ਸਾਡੀ ਸੋਚਣੀ ਇਸ ਢੰਗ ਦੀ ਹੋਏਗੀ, ਅਸੀਂ ਕਿਸੇ ਨੂੰ ਜੱਜ ਨਹੀਂ ਕਰਾਂਗੇ, ਬਾਹਰ ਨਿਕਲ ਜਾ ਕੇ ਆਪਣੀਆਂ ਜਿਹਨੂੰ ਪੰਜਾਬੀ 'ਚ ਕਹਿੰਦੇ ਅੱਖਾਂ ਤੱਤੀਆਂ ਠੰਡੀਆਂ ਕਰਨੀਆਂ ਨਹੀਂ ਛੱਡਾਂਗੇ, ਅਤੇ ਉਦੋਂ ਤੱਕ ਅਸੀਂ ਕਿਸੇ ਦੀ ਭੈਣ ਦੀ ਇੱਜ਼ਤ ਨਹੀਂ ਕਰ ਸਕਦੇ। ਉਹ ਧੀਆਂ ਭੈਣਾਂ ਕਦੇ ਤੁਹਾਡੇ ਸਮਾਜ ਦੇ ਵਿੱਚ ਪ੍ਰੋਟੈਕਟਿਵ ਨਹੀਂ ਹੋਣਗੀਆਂ। ਫਿਰ ਤੁਸੀਂ ਆਪਣੇ ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦਿਓ।
ਮੰਨ ਦੀ ਮੇਲ ਐਂਡ ਫੀਮੇਲ 'ਚ ਡਿਫਰੈਂਸਿਸ ਹੁੰਦੇ ਨੇ, ਫਿਰ ਉਹਨਾਂ ਨੂੰ ਉਹੋ ਜਿਹੀ ਐਜੂਕੇਸ਼ਨ ਵੀ ਚਾਹੀਦੀ ਹੈ। ਜਦੋਂ ਅਸੀਂ ਕਿਤੇ ਨਾ ਕਿਤੇ ਕਲੋਜ਼ ਮਾਇੰਡ ਹੋ ਜਾਂਦੇ, ਆਪਣੇ ਬੱਚੇ ਨੂੰ ਅਡਲਟ ਐਜੂਕੇਸ਼ਨ ਨਹੀਂ ਨਾ ਦਿੰਦੇ, ਉਹਦੇ ਵੀ ਬੜੇ ਭੈੜੇ ਨਤੀਜੇ ਨਿਕਲਦੇ ਆ। ਉਹਦੇ ਜਿਹੜੇ ਗੰਦੇ ਨਤੀਜੇ ਨੇ, ਉਹਦਾ ਸ਼ਿਕਾਰ ਅੱਜ ਸਾਡਾ ਸਮਾਜ ਹੈਗਾ, ਕਿਉਂਕਿ ਅਸੀਂ ਕਿਤੇ ਨਾ ਕਿਤੇ ਕਲੋਜ਼ ਮਾਇੰਡ ਹੈਗੇ ਹਾਂ। ਅਸੀਂ ਘਰ ਦੇ ਵਿੱਚ ਬੱਚਿਆਂ ਦੇ ਵਿੱਚ ਇਕੁਅਲਟੀ ਨਹੀਂ ਰੱਖੀ ਕੁੜੀਆਂ ਅਤੇ ਮੁੰਡਿਆਂ ਦੇ ਵਿੱਚ। ਉਹ ਜਦੋਂ ਬਾਹਰ ਜਾਂਦੇ ਨੇ, ਆਪਣੀ ਭੈਣ ਨੂੰ ਜੇ ਕੋਈ ਛੇੜਜੇ ਤਾਂ ਉਹਦੇ ਲਈ ਪ੍ਰੋਬਲਮ ਆ, ਜੇ ਦੂਜੇ ਦੀ ਭੈਣ ਨੂੰ ਛੇੜ ਤਾਂ ਉਹਦੇ ਲਈ ਪ੍ਰੋਬਲਮ ਨਹੀਂ। ਅਸੀਂ ਦਿਖਾਇਆ ਹੀ ਨਹੀਂ ਕਿ ਤੇਰੀ ਭੈਣ ਅਤੇ ਬੇਗਾਨੀਆਂ ਭੈਣਾਂ ਇਕੁਅਲ ਨੇ। ਉਹਨੂੰ ਅਸੀਂ ਜਦੋਂ ਇਨਸਾਨ ਬਣਾਵਾਂਗੇ, ਗੁਰਮਾਨ ਹਰ ਤਰ੍ਹਾਂ ਦੇ ਆਪਣੇ ਧਰਮ ਨਾਲ ਜੋੜੋਗੇ, ਆਪਣੀ ਸੱਭਿਅਤ ਨਾਲ ਜੋੜੋਗੇ, ਆਪਣੇ ਖਾਨਦਾਨੀ ਚੀਜ਼ਾਂ ਸਿਖਾਓਗੇ, ਬੱਚਾ ਜਾ ਕੇ ਇੰਨੀਆਂ ਗਲਤੀਆਂ ਬਾਹਰ ਨਹੀਂ ਕਰੂਗਾ। ਕਿਤੇ ਨਾ ਕਿਤੇ ਸਾਡੀ ਪਰਵਰਿਸ਼ ਦੇ ਵਿੱਚ ਲੈਕ ਆਫ ਪਰਵਰਿਸ਼ ਹੈਗੀ ਆ। ਹਾਂ, ਮੰਨਦੇ ਹਾਂ ਕਿਤੇ ਨਾ ਕਿਤੇ ਫਲੂਐਂਸ ਵੀ ਇਹਦੇ ਵਿੱਚ ਇਨਵੋਲਵ ਆ, ਜਿਹੜੇ ਉਹ ਫਲੂਐਂਸ ਵੀ ਉੱਥੋਂ ਹੀ ਆਏਗਾ ਜਦੋਂ ਬੱਚੇ ਦੀ ਪਰਵਰਿਸ਼ ਪ੍ਰੋਪਰਲੀ ਨਹੀਂ ਹੋਊਗਾ। ਕਿਤੇ ਨਾ ਕਿਤੇ ਬੈਡ ਫਲੂਐਂਸ 'ਚ ਪਿਆ, ਫਲੂਐਂਸ ਦੇ ਵਿੱਚ ਬੜੇ ਬੱਚੇ ਗਲਤ ਕੰਮ ਕਰਦੇ ਨੇ, ਪਰ ਉੱਥੇ ਜਾ ਕੇ ਸਾਨੂੰ ਆਪਣੇ ਬੱਚਿਆਂ ਨੂੰ, ਲੜਕੀਆਂ ਨੂੰ ਇੰਨਾ ਜਿਹਾ ਸਟਰੋਂਗ ਪਰਵਰਿਸ਼ ਦੇਣੀ ਚਾਹੀਦੀ, ਇੰਨੀਆਂ ਜਿਹੀਆਂ ਸਟਰੋਂਗ ਬਣਾ ਦੇਣੀ, ਇੰਨੀ ਉਹਨਾਂ ਦੇ ਸਟਰੋਂਗ ਮਾਇੰਡ ਹੋਵੇ, ਵਿਲ ਪਾਵਰ ਸਟਰੋਂਗ ਹੋਵੇ, ਕਿ ਬੰਦਾ ਕੋਈ ਦੇਖ ਨਾ ਸਕੇ ਉਹਨਾਂ ਵੱਲ। ਉੱਥੇ ਮੈਂ ਆਪਣੇ ਬੱਚਿਆਂ ਨੂੰ ਇਹ ਵੀ ਕਹਿੰਦੀ ਹਾਂ, ਮੁੰਡੇ ਅਤੇ ਕੁੜੀਆਂ ਦੋਨਾਂ ਨੂੰ, ਕਿ ਆਪਣੇ ਆਪ ਦੀ ਇੱਜ਼ਤ ਕਰਨਾ ਸਿੱਖੋ। ਕਿੰਨੀ ਵਾਰੀ ਸਾਡੇ ਬੱਚੇ ਬਾਹਰ ਜਾ ਕੇ ਆਪਣੀ ਕੰਸੈਂਟ 'ਤੇ ਵੀ ਗਲਤ ਕੰਮ ਕਰਦੇ ਆ, ਕਿਉਂਕਿ ਇਹ ਸਮਾਜ ਦੇ ਵਿੱਚ ਹਰ ਤਰ੍ਹਾਂ ਦਾ ਬੱਚਾ। ਇੰਨੀ ਨੇ ਪੂਰਾ ਪੇਰੈਂਟਸ ਦੇ ਉੱਤੇ ਕਿਤੇ ਨਾ ਕਿਤੇ ਜਾ ਕੇ ਬੱਚਿਆਂ ਦੀ ਆਪਣੀ ਸੈਲਫ ਰਿਸਪੋਂਸੀਬਿਲਿਟੀ ਹੁੰਦੀ, ਜਿਹਦੇ ਵਿੱਚ ਉਹਨਾਂ ਨੂੰ ਆਪਣੇ ਸੈਲਫ ਡਿਸਿਪਲਿਨ ਦੀਆਂ ਗਾਈਡਲਾਈਨਾਂ ਦੇ ਉੱਤੇ ਆਪਣੇ ਆਪ ਲਾਈਨਾਂ ਡਰਾਅ ਕਰਨੀਆਂ ਪੈਣੀਆਂ। ਜੇ ਤਾਂ ਉਹਨਾਂ ਨੇ ਇਸ ਦੁਨੀਆ ਦੇ ਵਿੱਚ, ਚਾਹੇ ਉਹ ਵੈਸਟਰਨ ਕੰਟਰੀ ਹੈ, ਚਾਹੇ ਉਹ ਇੰਡੀਆ, ਚਾਹੇ ਕਿਤੇ ਵੀ ਆਲ ਓਵਰ ਦਾ ਗਲੋਬ, ਸਕਸੈਸ ਹੋਣਾ, ਆਪਣਾ ਗੋਲ ਅਚੀਵ ਕਰਨਾ, ਉਹਨਾਂ ਨੂੰ ਸੈਲਫ ਡਿਸਿਪਲਿਨ ਦੀਆਂ ਲਾਈਨਾਂ ਖਿੱਚਣੀਆਂ ਪੈਣਗੀਆਂ। ਜੇ ਉਹ ਆਪਣਾ ਇੱਕ ਸੈਲਫ ਡਿਸਿਪਲਿਨ ਬਣਾਉਣਾ ਸਿੱਖ ਗਏ, ਸੈਲਫ ਡਿਸਿਪਲਿਨ ਜੇ ਬਣਾ ਲਿਆ, ਉਹਨੂੰ ਫੋਲੋ ਅਪ ਕਰਨਾ ਸਿੱਖ ਗਏ, ਉਹਨਾਂ ਨੂੰ ਦੁਨੀਆ 'ਚ ਕੋਈ ਹੈਰਾਨ ਨਹੀਂ ਸਕਦਾ। ਉਹ ਕਦੇ ਵੀ ਆਪਣਾ ਕੋਈ ਗਲਤ ਕੰਮ ਨਹੀਂ ਕਰਨਗੇ। ਜੇ ਕਰਨਗੇ ਤਾਂ ਆਪਣੇ ਆਪ ਨੂੰ ਇੰਟਰੋਡਿਊਸ ਕਰਨਗੇ, ਆਪਣੇ ਆਪ ਨਾਲ ਚੈੱਕ ਕਰਨਗੇ ਕਿ ਹਾਂ ਮੈਂ ਗਲਤ ਕੀਤਾ, ਉਹਨੂੰ ਮੈਂ ਠੀਕ ਕਿਵੇਂ ਕਰਨਾ। ਜੋ ਤੁਹਾਡੇ 'ਚ ਸੈਲਫ ਡਿਸਿਪਲਿਨ ਹੀ ਨਹੀਂ ਹੈ, ਤੁਹਾਡੇ 'ਚ ਸੈਲਫ ਡਿਸਿਪਲਿਨ ਦੀਆਂ ਗਾਈਡਲਾਈਨਾਂ ਨਹੀਂ ਹੈ, ਨਹੀਂ ਤੁਹਾਡਾ ਸੈੱਟ ਗੋਲ ਨਹੀਂ ਹੈਗਾ, ਤਾਂ ਉਹ ਡੈਫੀਨੇਟਲੀ ਤੁਸੀਂ ਜਾ ਕੇ ਕਿਤੇ ਨਾ ਕਿਤੇ ਮੇਲ ਐਂਡ ਫੀਮੇਲ ਡਿਸਟਰੈਕਟ ਹੋਵੋਗੇ। ਜਦੋਂ ਡਿਸਟਰੈਕਟ ਹੁੰਦੇ ਆ, ਉਹ ਡਿਸਟਰੈਕਸ਼ਨ ਦੇ ਵਿੱਚ ਸਭ ਕੁਛ ਆਉਂਦਾ, ਡਰੱਗ ਵੀ ਆ ਸਕਦੀ ਆ, ਸੈਕਸ਼ੁਅਲ ਵੀ ਆ ਸਕਦਾ, ਅਤੇ ਉਹਦੇ ਵਿੱਚ ਥੈਫਟ ਵੀ ਆ ਸਕਦਾ, ਉਹਦੇ ਵਿੱਚ ਕ੍ਰਿਮੀਨਲ ਵੀ ਹੋ ਸਕਦੇ, ਕੁਛ ਵੀ ਹੋ ਸਕਦਾ। ਅਤੇ ਇਹਦੇ ਨਾਲ ਨਾਲ ਜਦੋਂ ਵੀ ਹੁਣ ਅਸੀਂ ਕੋਈ ਵੀ ਕੰਮ ਕਰਦੇ ਹਾਂ, ਚੀਜ਼ਾਂ ਨੂੰ ਸਾਨੂੰ ਧਿਆਨ 'ਚ ਰੱਖਣਾ ਪੈਣਾ। ਜੇ ਅਸੀਂ ਘਰ ਦੇ ਵਿੱਚ ਦੋ ਹਸਬੈਂਡ ਵਾਈਫ ਦਿਨ ਦੇ ਵਿੱਚ 4 ਘੰਟੇ ਵੀ ਇਕੱਠੇ ਰਹਿੰਦੇ ਆਪਣੇ ਬੱਚਿਆਂ ਦੇ ਸਾਹਮਣੇ, ਕਿ ਪੇਰੈਂਟਸ ਇੱਕ ਐਗਜ਼ਾਮਪਲ ਹੁੰਦੇ ਆ ਬੱਚਿਆਂ ਦੇ ਲਈ। ਮੈਂ ਹਰ ਇੱਕ ਮਾਂ ਬਾਪ ਨੂੰ ਇੱਕੋ ਰਿਕੁਐਸਟ ਕਰਦੀ ਕਿ ਆਪਣੇ ਬੱਚਿਆਂ ਦੇ ਸਾਹਮਣੇ ਆਪਣੇ ਡਿਫਰੈਂਸਿਸ ਨੂੰ ਕਦੇ ਕ੍ਰਿਟੀਸਾਈਜ਼ ਨਾ ਕਰੋ। ਹਰ ਇੱਕ ਹਸਬੈਂਡ ਵਾਈਫ ਦੇ ਡਿਫਰੈਂਸ ਹੁੰਦੇ ਨੇ, ਕਿਉਂਕਿ ਇੱਕ ਜ਼ਿੰਦਗੀ ਦੇ ਦੋ ਪਹੀਏ ਨੇ, ਕੋਈ ਕਿਤੋਂ ਆਇਆ, ਕੋਈ ਕਿਤੋਂ ਆਇਆ, ਉਹਨੂੰ ਜੋੜ ਕੇ ਇੱਕ ਪਟੜੀ ਦੀ ਲਾਈਨ ਦੇ ਉੱਤੇ ਅਸੀਂ ਚਲਾ ਰਹੇ ਹਾਂ। ਕਿਸੇ ਦੇ ਵਿੱਚ ਵੇਅਰ ਟੇਅਰ ਜ਼ਿਆਦਾ ਹੋਏਗਾ, ਇੱਕ 'ਚ ਘੱਟ ਹੈ, ਇੱਕ 'ਚ ਵੱਧ ਹੈ, ਪਰ ਉਹਨੂੰ ਪੈਰਲਰ ਚਲਾਉਣ ਦੀ ਟਰਾਈ ਕਰ ਰਹੇ ਹਾਂ। ਜਿਹੜਾ ਵੇਅਰ ਟੇਅਰ ਡਿਫਰੈਂਸ, ਕਿ ਇੱਕ ਮੇਲ ਦੀ ਜ਼ਿਆਦਾ ਕਪੈਸਿਟੀ ਹੈ ਸਹਿਣ ਦੀ, ਇੱਕ ਫੀਮੇਲ ਦੀ ਨਹੀਂ ਹੈ। ਉਹਦੀ ਕੇਪੇਬਿਲਿਟੀ ਫੀਮੇਲ ਦੀ ਹੋ ਸਕਦਾ ਜ਼ਿਆਦਾ, ਮੇਲ ਦੀ ਨਹੀਂ ਹੈ। ਉਹਨੂੰ ਬੈਲੈਂਸ ਕਰਨ ਦੇ ਲਈ ਗਿਵ ਐਂਡ ਟੇਕ ਕਰਨਾ ਪੈਂਦਾ। ਜਿਹੜੇ ਗਿਵ ਐਂਡ ਟੇਕ ਕਰਨ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਝੁੱਕ ਜਾਂਦੇ ਹਾਂ, ਉਹਦੇ ਨਾਲ ਕੀ ਹੁੰਦਾ, ਜਦੋਂ ਅਸੀਂ ਕਿਸੇ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ, ਛੋਟੀਆਂ ਛੋਟੀਆਂ ਚੀਜ਼ਾਂ ਨੂੰ, ਛੋਟੀਆਂ ਛੋਟੀਆਂ ਚੀਜ਼ਾਂ ਕਿੰਨੀ ਵਾਰੀ ਬਹੁਤ ਵੱਡੇ ਗਲਤ ਫੰਦੇ ਬਣ ਜਾਂਦੇ ਨੇ। ਅਸੀਂ ਛੋਟੀ ਛੋਟੀ ਗੱਲ ਨੂੰ ਟੋਕਾ ਟਾਕੀ ਕਰਦੇ ਹਾਂ, ਉਹ ਸਾਡੇ ਬੱਚੇ ਘਰ ਵਿੱਚ ਬੈਠ ਕੇ ਦੇਖਦੇ ਆ। ਚਾਹੇ ਉਹ ਬੱਚਾ ਇੱਕ ਸਾਲ ਦੇ ਬੱਚਾ ਜਦੋਂ ਹੁੰਦਾ, ਉਹਦੀ ਅਬਜ਼ਰਵੇਸ਼ਨ ਵੱਧ ਜਾਂਦੀ ਹੈ, ਅਬਜ਼ਰਵ ਕਰਦਾ ਪਰ ਬੋਲਦਾ ਘੱਟ ਆ। ਜਦੋਂ ਬੋਲਦਾ ਲੇਕਿਨ ਉਹ ਕਿਤੇ ਨਹੀਂ ਕਹਿੰਦਾ, ਉਹਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਬਣਦੀਆਂ ਜਾ ਰਹੀਆਂ ਨੇ। ਅਸੀਂ ਕਿੰਨੀ ਵਾਰੀ ਕਹਿੰਦੇ ਇਹ ਤਾਂ ਆਪਣੀ ਮਾਂ 'ਤੇ ਗਏ, ਆਪਣੇ ਪਿਓ 'ਤੇ ਗਏ, ਜੈਨੈਟਿਕਲੀ ਹੁੰਦਾ ਕੁਛ ਪਰਸੈਂਟੇਜ 'ਤੇ, ਪਰ ਹਾਈਐਸਟ ਪਰਸੈਂਟੇਜ ਬੱਚੇ ਘਰ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਟਾਈਮ ਰਹਿੰਦੇ ਨੇ ਉੱਥੋਂ ਸਿੱਖਦੇ ਆ। ਜੇ ਅਸੀਂ ਹਸਬੈਂਡ ਵਾਈਫ ਆਪਣੇ ਬੱਚਿਆਂ ਲਈ ਇਗਜ਼ਾਮਪਲ ਬਣ ਜਾਂਦੇ ਹਾਂ, ਤਾਂ ਡੈਫੀਨੇਟਲੀ ਉਹ ਵੀ ਇਗਜ਼ਾਮਪਲ ਬਣ ਜਾਂਦੇ ਨੇ। ਅੱਜ ਹੁਣ ਅੱਜ ਵੀ ਮੈਂ ਨਿਊਜ਼ ਪੜ੍ਹ ਰਹੀ ਸੀ, ਅੱਜ ਦੇ ਟਾਈਮ ਦੇ ਵਿੱਚ ਕੀ ਹੋ ਰਿਹਾ ਕਿ ਬੱਚੇ ਵਿਆਹ ਨਹੀਂ ਕਰਾ ਰਹੇ। ਜੇ ਵਿਆਹ ਕਰਾ ਰਹੇ ਨੇ, ਥੋੜ੍ਹੀ ਦੇਰ ਬਾਅਦ ਡਿਵੋਰਸ ਹੋ ਜਾਂਦਾ। ਉਹ ਵੀ ਸਾਡੇ ਜੈਂਡਰ ਡਿਫਰੈਂਸ 'ਚੋਂ ਹੀ ਕਿਤੇ ਨਾ ਕਿਤੇ ਗਰੋ ਅਪ ਹੋ ਰਿਹਾ, ਕਿਉਂਕਿ ਅਸੀਂ ਬੱਚਿਆਂ ਨੂੰ ਪ੍ਰਪੇਅਰ ਹੀ ਨਹੀਂ ਕੀਤਾ। ਪਰ ਪੜ੍ਹਾਈ ਉਹਨਾਂ ਦੀ ਇਕੁਅਲਟੀ ਆ, ਰਹਿਣ ਸਹਿਣ ਦੀਆਂ ਚੀਜ਼ਾਂ ਜਾਂ ਬੇਸਿਕ ਨੌਲੇਜ ਆ ਜਿਹੜੀ ਸਾਡੀ 1947 ਦੀ ਦਿੱਤੀ ਹੋਈ ਹੈ, ਜਦੋਂ ਅਸੀਂ ਕਹਿੰਦੇ ਆਜ਼ਾਦ ਹੋਏ ਸੀ, ਪਰ ਅਸੀਂ ਤਾਂ ਮਨੋ ਤਾਂ ਅਸੀਂ ਕਦੀ ਆਜ਼ਾਦ ਹੋਏ ਹੀ ਨਹੀਂ ਹੈ।
ਮੈਨੂੰ ਲੱਗਦਾ ਕਿ ਅੱਜ ਦੇ ਕਰੋਨਾ ਕੋਵਿਡ 19 ਤੋਂ ਬਹੁਤ ਸਾਰੇ ਲੋਕਾਂ ਨੂੰ ਇਹ ਸਬਕ ਸਿੱਖ ਲੈਣਾ ਚਾਹੀਦਾ। ਪਰਮਾਤਮਾ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਹੋ, ਪਰਮਾਤਮਾ ਨੇ ਸਾਨੂੰ ਇੱਕ ਲਾਈਨ 'ਤੇ ਲਿਆ ਕੇ ਖੜ੍ਹੇ ਕਰ ਦਿੱਤਾ। ਜਿਹੜਾ ਬੰਦਾ ਇੱਕ ਆਪਣਾ ਜੈੱਟ ਲੈ ਕੇ ਵਰਲਡ ਕਲਾਸ ਦੇ ਵਿੱਚ ਜਾ ਕੇ ਟਰੈਵਲ ਕਰਦਾ ਸੀ, ਚਾਹੇ PM ਹੈ, CM ਹੈ, ਜੋ ਵੀ ਹੈ, ਉਹ ਵੀ ਅੱਜ ਉਸ ਕਮਰੇ 'ਚ ਬੈਠਾ। ਕਮਰਾ ਉਹਦਾ AC ਹੋ ਸਕਦਾ, ਥੋੜ੍ਹਾ ਲੈਵਿਸ਼ ਹੋ ਸਕਦਾ, 4 ਕੁਰਸੀਆਂ ਮਹਿੰਗੀਆਂ ਪਈਆਂ ਹੋਣਗੀਆਂ ਅਤੇ ਇੱਕ ਝੁੱਗੀ ਵਾਲਾ ਵੀ ਉੱਥੇ ਬੈਠਾ ਹੋਇਆ। ਹੋ ਸਕਦਾ ਉਹ ਇੱਕ ਚੁੱਲ੍ਹੇ ਦੀ ਰੋਟੀ ਲਈ ਉਡੀਕਦਾ ਹੋਏਗਾ, ਮਹਿੰਗੀਆਂ ਕੁਰਸੀਆਂ ਵਾਲਿਆਂ ਦੇ ਕੋਲ ਫੂਡ ਜ਼ਿਆਦਾ ਹੋਏਗਾ, ਲੇਕਿਨ ਸੌਣ ਵੇਲੇ ਇੱਕੋ ਰੋਟੀ ਖਾ ਕੇ ਹੀ ਸੌਂਦਾ। ਉਸੇ ਟੈਨਸ਼ਨ ਦੇ ਵਿੱਚ ਸੌਂਦਾ ਜਿਹੜੀ ਟੈਨਸ਼ਨ 'ਚ ਇੱਕ ਭਈਆ ਸੌਂਦਾ ਕਿ ਕੱਲ੍ਹ ਨੂੰ ਮੈਨੂੰ ਕਿਤੇ ਕੋਵਿਡ ਕਰੋਨਾ ਨਾ ਹੋ ਜਾਵੇ। ਅਜੇ ਇੱਕ ਝੁੱਗੀ ਵਾਲਾ ਬਾਹਰ ਚੱਲਾ ਜਾਊਗਾ ਕਿ ਉਹਦੀ ਨੀਡ ਹੈ, ਉਹਦੀ ਡਿਮਾਂਡ, ਉਹਨੂੰ ਡਰ ਨਹੀਂ ਹੈ, ਕਿਉਂਕਿ ਉਹਦਾ ਕਿਤੇ ਨਾ ਕਿਤੇ ਇਮਿਊਨ ਸਿਸਟਮ ਵੀ ਸਟਰੋਂਗ ਹੈ, ਇੱਕ ਯੂਜ਼ ਟੂ ਬੀ ਹੈ, ਤੁਰ ਕੇ ਜਾਣ ਦੇ ਲਈ ਉਹਨੂੰ ਸ਼ਰਮ ਵੀ ਨਹੀਂ ਆਉਂਦੀ ਕਿ ਮੈਂ ਕੀ ਬੰਨਿਆ ਕੀ ਪਾਇਆ। ਪਰ ਇੱਕ ਵੱਡਾ ਆਦਮੀ ਜਿਹੜਾ ਬੈਠਾ ਹੋਇਆ ਲੈਵਿਸ਼ ਲਾਈਫ ਦੇ ਵਿੱਚ, ਉਹਨੂੰ ਕਿਤੇ ਸ਼ਰਮ ਆਊਗੀ, ਉਹ ਕੈਪੇਬਲ ਵੀ ਨਹੀਂ ਹੈਗਾ ਕਿ ਉਹ ਆਪਣਾ ਆਪ ਬਣਾ ਸਕੇ, ਆਪਣਾ ਆਪ ਬਣਾ ਕੇ ਖਾ ਸਕੇ, ਜਾਂ ਉਹ ਇੰਨੀ ਕੈਪੇਬਿਲਿਟੀ ਵੀ ਨਹੀਂ ਹੈਗੀ ਉਹਦੇ ਵਿੱਚ ਕਿ ਕੱਲ੍ਹ ਨੂੰ ਕੀ ਹੋਣਾ ਜੇ ਮੈਨੂੰ ਆਪਣੇ ਆਪ ਕੁਛ ਕਰਨਾ ਪੈ ਜਾਵੇ। ਇਸੇ ਕਰਕੇ ਕਹਿੰਦੇ ਹਾਂ ਸਾਨੂੰ ਸਾਰਿਆਂ ਨੂੰ ਸੈਲਫ ਮੇਡ ਹੋਣਾ ਚਾਹੀਦਾ। ਜੇ ਅਸੀਂ ਸੈਲਫ ਮੇਡ ਨਹੀਂ ਹੈਗੇ ਤਾਂ ਅਸੀਂ ਜੋ ਅੱਜ ਭੁਗਤ ਰਹੇ ਹਾਂ, ਇਹ ਆਉਣ ਵਾਲੇ ਕਦੇ ਵੀ ਕਿਸੇ ਵੀ ਟਾਈਮ 'ਤੇ ਅਨਪ੍ਰਡਿਕਟੇਬਲ ਸਿਚੁਏਸ਼ਨ ਨੂੰ ਅਸੀਂ ਭੁਗਤਾਂਗੇ, ਭੁਗਤਦੇ ਆਵਾਂਗੇ। ਜਦੋਂ ਸਾਨੂੰ ਕੰਮ ਅਸੀਂ ਸੈਲਫ ਮੇਡ ਨਹੀਂ ਹੈਗੇ, ਅਸੀਂ ਸਟ੍ਰੈਸ 'ਚ ਜਾਂਦੇ ਹਾਂ, ਡਿਪਰੈਸ਼ਨ 'ਚ ਜਾਂਦੇ ਹਾਂ, ਅਸੀਂ ਚੀਜ਼ਾਂ ਨੂੰ ਹੈਂਡਲ ਨਹੀਂ ਕਰਨਾ ਆਉਂਦਾ, ਅਸੀਂ ਕਦੇ ਇਹਨੂੰ ਦੋਸ਼ ਦਿੰਦੇ ਹਾਂ, ਇਹਨੂੰ ਦੋਸ਼ ਦਿੰਦੇ ਹਾਂ, ਕਦੇ ਇਹਨੂੰ ਦੋਸ਼ ਦਿੰਦੇ, ਉੱਥੇ ਲੜਾਈਆਂ ਝਗੜੇ ਵੱਧਦੇ। ਵੈਦਰ ਅਸੀਂ ਉਸ ਸਿਚੁਏਸ਼ਨ ਨੂੰ ਪ੍ਰੋਪਰਲੀ ਹੈਂਡਲ ਕਰਨਾ ਸਿੱਖ ਲਈਏ। ਪ੍ਰੋਪਰ ਅਸੀਂ ਉਦੋਂ ਹੈਂਡਲ ਕਰਨਾ ਸਿੱਖਾਂਗੇ ਜਦੋਂ ਸਾਡੇ 'ਚ ਇਕੁਅਲਟੀ ਹੋਏਗੀ, ਸਾਡੇ ਵਿੱਚ ਇੱਕ ਸੋਚਣ ਸ਼ਕਤੀ ਪ੍ਰੋਪਰ ਹੋਏਗੀ, ਜਦੋਂ ਅਸੀਂ ਲੋਕਾਂ ਦੇ ਵਿੱਚ ਡਿਫਰੈਂਸਿਸ ਬੰਦ ਕਰ ਦੇਵਾਂਗੇ। ਨੌਕਰ ਨੇ ਇਹ ਕੰਮ ਕਰਨਾ, ਕੁੜੀ ਨੇ ਇਹ ਕਰਨਾ, ਮੁੰਡੇ ਨੇ ਇਹ ਕਰਨਾ, ਇੱਕ ਕੈਟਾਗਰੀ ਰਾਈਜ਼ ਬੰਦ ਹੋ ਜਾਏਗਾ, ਸਾਡੀ ਇਕੁਅਲਟੀ ਨਹੀਂ ਆਏਗੀ, ਉਦੋਂ ਤੱਕ ਅਸੀਂ ਸੈਲਫ ਮੇਡ ਨਹੀਂ ਹੋ ਸਕਦੇ। ਜੇ ਦਰਜੀ ਦਰਜੀ ਨੇ ਕੱਪੜੇ ਸੀਣੇ ਆ, ਜੇ ਘਰ ਦੇ ਵਿੱਚ ਫੀਮੇਲ ਬਟਨ ਉਹ ਨਹੀਂ ਲਾਉਣਾ, ਬੰਦਾ ਨਹੀਂ ਲਾ ਸਕਦਾ, ਕਿਉਂਕਿ ਉਹਨੂੰ ਸਿਖਾਇਆ ਹੀ ਨਹੀਂ ਗਿਆ, ਨਾ ਉਹਦੀ ਮਾਂ ਨੇ ਸਿਖਾਇਆ ਅਤੇ ਨਾ ਉਹਨੇ ਆਪ ਸਿੱਖਿਆ। ਜੰਮਦਿਆਂ ਉਹਦੇ ਦਿਮਾਗ 'ਚ ਪਾਤਾ ਤੂੰ ਮੁੰਡਾ ਤੂੰ ਮੁੰਡਿਆਂ ਵਾਂਗੂ ਰਹਿਣਾ, ਤੂੰ ਕੁੜੀ ਤੂੰ ਕੁੜੀਆਂ ਵਾਂਗੂ ਰਹਿਣਾ। ਕੁੜੀ ਨੂੰ ਸਿਲਾਈ ਵੀ ਆਉਣੀ ਚਾਹੀਦੀ, ਕਢਾਈ ਵੀ ਆਉਣੀ ਚਾਹੀਦੀ, ਉਹਨੂੰ ਰੋਟੀ ਵੀ ਬਣਾਉਣੀ ਚਾਹੀਦੀ, ਸਫਾਈ ਵੀ ਕਰਨੀ ਚਾਹੀਦੀ ਆ, ਉਹਨੂੰ ਬਾਹਰ ਜਾ ਕੇ ਉੱਠਣਾ ਬੈਠਣਾ ਆਉਣਾ ਚਾਹੀਦਾ। ਮੁੰਡੇ ਲਈ ਇਹ ਰਿਸਟ੍ਰਿਕਸ਼ਨਸ ਨਹੀਂ ਆ। ਇਸੇ ਕਰਕੇ ਅਸੀਂ ਅੱਜ ਸਮਾਜ ਦੇ ਵਿੱਚ ਜਾਂ ਵਰਲਡ ਦੇ ਵਿੱਚ ਜਿੰਨੇ ਮਰਜ਼ੀ ਅਸੀਂ ਲੋਜੀਕਲੀ, ਸਾਡੇ ਬੱਚੇ ਵੈਰੀ ਇੰਟੈਲੀਜੈਂਟ ਨੇ, ਉਹਨਾਂ ਦੀ ਬੇਸਿਕ ਜਿਹੜੀ ਹੈਗੀ ਹੈ, ਬੇਸਿਕ ਇਜ਼ ਵੈਰੀ ਵੀਕ। ਜਿਹੜੀ ਤੁਹਾਡੀ ਛੋਟੀ ਚੀਜ਼ਾਂ ਤੋਂ ਪਰਵਰਿਸ਼ ਹੁੰਦੀ ਮਾਂ ਬਾਪ ਕੋਲੋਂ ਹੁੰਦੀ ਆ, ਅਸੀਂ ਘਰ ਦੇ ਵਿੱਚ ਗਰਾਊਂਡ ਲੈਵਲ ਤੋਂ ਸਟਰੋਂਗ ਨਹੀਂ ਹੈਗੇ, ਅਤੇ ਅਸੀਂ ਇੱਕ ਪੌਦੇ ਨੂੰ ਲੈ ਕੇ ਗਮਲੇ 'ਚ ਲਾਇਆ, ਉਹਦੀਆਂ ਰੂਟਸ 'ਤੇ ਸਟਰੋਂਗ ਹੋਣੀਆਂ ਹੀ ਨਹੀਂ ਆ, ਕਿਉਂਕਿ ਅਸੀਂ ਰੂਟਸ ਨੂੰ ਪਾਣੀ ਨਹੀਂ ਦਿੱਤਾ, ਅਸੀਂ ਬੀਜਿਆ ਨਹੀਂ, ਵੱਡਿਆਂ ਕਰ ਦਿੱਤਾ, ਲੇਕਿਨ ਉਹਨੂੰ ਵੇਚਿਆ ਨਹੀਂ, ਕਿਤੇ ਨਾ ਕਿਤੇ ਜਾ ਕੇ ਗਿਰੇਗਾ ਉਹ। ਅਸੀਂ ਲੋਕ ਉਸ ਸਮਾਜ ਦੇ ਸ਼ਿਕਾਰ ਹੁੰਦੇ ਹਾਂ, ਕਿਉਂਕਿ ਅਸੀਂ ਬੇਸਿਕਲੀ ਐਜੂਕੇਸ਼ਨ ਦੇ ਵਿੱਚ ਨਹੀਂ ਹੈਗੇ, ਅਤੇ ਨਾ ਹੀ ਅਸੀਂ ਅੱਗੇ ਦਿੰਦੇ ਹਾਂ, ਅਤੇ ਅਸੀਂ ਇਹਦੇ ਵਿੱਚ ਫੇਲੀਅਰ ਹਾਂ ਕਿਤੇ ਨਾ ਕਿਤੇ। ਮੈਂ ਸਾਰੇ ਪੇਰੈਂਟਸ ਨੂੰ ਰਿਕੁਐਸਟ ਕਰਦੀ ਹਾਂ, ਪਲੀਜ਼ ਆਪਣੇ ਬੱਚਿਆਂ ਨੂੰ ਬੇਸ ਤੋਂ ਗਰੋ ਕਰੋ, ਬੇਸਿਕ ਚੀਜ਼ਾਂ ਦੇ ਨਾਲ ਹੀ ਉੱਪਰਲੀ ਲਗਜ਼ਰੀ ਚੀਜ਼ਾਂ ਆਉਣਗੀਆਂ। ਜੇ ਬੇਸ ਨਹੀਂ ਹੈ ਨਾ, ਕਹਿੰਦੇ ਜੇ ਮਕਾਨ ਦੀ ਨੀਂਹ ਕੱਚੀ ਹੈ ਨਾ, ਮਕਾਨ ਕਦੀ ਨਹੀਂ ਖੜ੍ਹਾ ਰਹਿੰਦਾ, ਗਿਰ ਜਾਂਦਾ। ਇਸੇ ਤਰ੍ਹਾਂ ਇਨਸਾਨ ਹੈ, ਜੇ ਉਹਦੀ ਨੀਂਹ ਕੱਚੀ ਹੈ ਤਾਂ ਉਹ ਵੱਡਾ ਹੋ ਕੇ ਕੀ ਕਰੇਗਾ। ਇਸ ਤਰ੍ਹਾਂ ਸਾਡੇ ਬੱਚੇ ਨੇ, ਉਹਨਾਂ ਦਾ ਬੇਸ ਇੰਨਾ ਜਿਹਾ ਸਟਰੋਂਗ ਬਣਾ ਲਓ, ਤੁਹਾਨੂੰ ਕੱਲ੍ਹ ਨੂੰ ਸੋਚਣ ਦੀ ਜ਼ਰੂਰਤ ਨਾ ਪਵੇ ਦਰਵਾਜ਼ੇ ਤੋਂ ਬਾਹਰ ਬੱਚਾ ਗਿਆ ਤੂੰ ਕਿਵੇਂ ਹੋਏਗਾ, ਕਿਵੇਂ ਨਹੀਂ ਹੋਏਗਾ। ਉਹਨੂੰ ਕੋਈ ਮੈਨ ਹਿਊਮਨ ਦਾ ਕੋਈ ਵੀ ਸ਼ਿਕਾਰ ਨਹੀਂ, ਉਹ ਕਿਸੇ ਦੀ ਬੈਡ ਨਜ਼ਰ ਦਾ ਸ਼ਿਕਾਰ ਨਾ ਹੋਵੇ, ਕਿਉਂਕਿ ਉਹ ਸੈਲਫ ਮੇਡ ਹੋਏਗਾ, ਉਹ ਸੈਲਫ ਪ੍ਰੋਟੈਕਟਿਵ ਹੋਏਗਾ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਤੁਹਾਡੇ ਸਾਰਿਆਂ ਤੋਂ ਜਲਦ ਲੈਂਦੀ ਹਾਂ, ਅੱਗੇ ਤੋਂ ਫਿਰ ਤੁਹਾਨੂੰ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ।